ਵੀ ਐਂਟਰਟੇਨਿੰਗ ਬਹੁਤ ਲੋਕ ਬੋਰਿਅਤ ਨਹੀਂ ਹੈਗੀ ਉੱਥੇ ਅਮਰਸਰ ਦੀ ਬਸ ਤੁਮ ਲੋਕਾਂ ਕੋ ਪੰਜਾਬੀ ਗਾਣਾ ਨਾ ਸੁਣ ਆਇਓ ਨਹੀਂ ਸਕਤਾ ਮੈਂ ਮੁੰਡਿਆਂ ਨੂੰ ਵੀ ਕਹਿਣਾ ਜਿਹਨੇ ਬੋਡੀ ਬਣਾਣੀ ਉੱਥੇ ਜਾ ਕੇ ਬਣਾਓ ਓ ਮੇਰੇ ਬੱਚੇ ਬੋਲਣ ਮਾਂ ਹੈਲੋ एवरीवन ਥਿਸ ਇਜ਼ ਕਿਰਸ਼ਮਾ ਐਂਡ ਇਸ ਵਕਤ ਮੇਰੇ ਨਾਲ ਜੋ ਮੌਜੂਦ ਨੇ ਉਹਨਾਂ ਨੂੰ ਕਿਸ ਇੰਟਰੋਡਕਸ਼ਨ ਦੀ ਤੇ ਦੇਖੋ ਜ਼ਰੂਰਤ ਨਹੀਂ ਹੈਗੀ ਹੈਨਾ ਬਿਲਕੁਲ ਮੇਰੇ ਨਾਲ ਇਸ ਵਕਤ ਮੌਜੂਦ ਨੇ ਜਸਵੰਤ ਸਿੰਘ ਰਾਠੌਰ ਐਂਡ ਅੱਜ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਨ ਦੇ ਲਈ ਕਿਉਂ ਆਏ ਆ ਕਿਉਂਕਿ ਇਹਨਾਂ ਦੇ ਨਾਲ ਇੱਕ ਬਹੁਤ ਹੀ ਖੂਬਸੂਰਤ ਜਿਹੀ ਫਿਲਮ ਆ ਰਹੀ ਹੈ ਜਿਸ ਦਾ ਕਿ ਨਾਮ ਹੈ ਕੁਲਚੇ ਛੋਲੇ ਚੁਰਚਰ ਲਵ ਸਟੋਰੀ ਹੈਨਾ ਸੋ ਇਹ ਚੁਰਚਰ ਲਵ ਸਟੋਰੀ ਕੀ ਹੈ ਅ ਜਿਵੇਂ ਨਾਂ ਤੋਂ ਹੀ ਪਤਾ ਲੱਗ ਜਾਂਦਾ ਹੈ ਨਾ ਕੁਲਚੇ ਛੋਲੇ ਤੇ ਕੁਲਚੇ ਛੋਲੇ ਦਾ ਵਰਲਡ ਫੇਮਸ ਹੈ ਅਮਰਸਰ ਦੀ ਧਰਤੀ ਦੇ ਹੈਨਾ ਬਿਹਤਰੀਨ ਵਿੰਜਨਾ ਜੋ ਇੱਕ ਹੈ ਤੇ ਜਦੋਂ ਨਾਮ ਜਦਾਂ ਸੁਣਦੇ ਮੂੰਹ ਚ ਪਾਣੀ ਆ ਜਾਂਦਾ ਸੋ ਉਦਾਂ ਹੀ ਫਿਰ ਬਸ ਜਿਵੇਂ ਹਿਸਾਬ ਲਾਓ ਵੀ ਟਾਈਟਲ ਐਵੇਂ ਸੋਚ ਕੇ ਹੀ ਰੱਖਿਆ ਜਾਂਦਾ ਕੁਝ ਹੈਨਾ ਸੋ ਕੁਲਚੇ ਛੋਲੇ ਦਾ ਮਤਲਬ ਹੈ ਵਿੱਚ ਕ੍ਰਿਸਪੀ ਵੀ ਹੈਗਾ ਐ ਸਵੀਟਨੈਸ ਵੀ ਹੈਗੀ ਹੈ ਤੇ ਖਟਾ ਮਿੱਠਾ ਵੀ ਹੈਗਾ ਰਹ ਪੂਰਾ ਮਤਲਬ ਪੈਕੇਜ ਹੈ ਜਿਹੜਾ ਹੁਣ ਸਿਨੇਮਾ ਘਰਾਂ ਚ ਜਾ ਕੇ ਪਤਾ ਲੱਗੇਗਾ ਬਿਲਕੁਲ ਬਟ ਇਹ ਦੱਸ ਸਕਦੇ ਆ ਕਿ ਵਧੀਆ ਬਣਿਆ ਕੁਲਚੇ ਛੋਲੇ ਇੱਕ ਚੀਜ਼ ਮੈਨੂੰ ਸੱਚੀ ਓਨੈਸਟਲੀ ਦੱਸਿਓ ਕਿ ਇਹ ਡਾਇਰੈਕਟਰ ਦੀ ਜਿਹੜੀ ਪਸੰਦੇ ਦਾ ਡਿਸ਼ ਰਹੀ ਹੈ ਜਾਂ ਪ੍ਰੋਡਿਊਸਰ ਦੀ ਜਿਸ ਦੇ ਕੇ ਕਰਕੇ ਇਸ ਦਾ ਨਾਮ ਹੀ ਕੁਲਚੇ ਛੋਲੇ ਰੱਖ ਦਿੱਤਾ ਗਿਆ ਹੈ ਅਜੀ ਦੇਖੋ ਇਹ ਜਿਹੜਾ ਫਿਲਮ ਮੇਕਿੰਗ ਹੁੰਦੀ ਹੈ ਸਾਰੀ ਵਰਾਲਾ ਮਿਲਿਆ ਕੰਮ ਹੁੰਦਾ ਹੈ ਸਾਰਿਆਂ ਦੀ ਟੀਮ ਵਰਕ ਹੁੰਦਾ ਹੈ ਤੇ ਇਹ ਵੇਲਾ ਟਾਈਟਲ ਨੂੰ ਲੈ ਕੇ ਪਹਿਲਾ ਟਾਈਟਲ ਤਾਂ ਇਹੀ ਸੀਗਾ ਬਾਅਦ ਵਿੱਚ ਕਨਫਿਊਜ਼ ਹੋ ਗਏ ਕਹਿੰਦੇ ਕੁਝ ਹੋਰ ਕਰ ਦਿੰਨੇ ਐ ਇਹ ਖਾਣ ਪੀਣ ਜਿਹਾ ਕੰਮ ਲੱਗਦਾ ਫਿਰ ਬਟ ਦੁਬਾਰਾ ਬੈਠੇ ਤੇ ਉਹ ਕਹਿੰਦੇ ਨਹੀਂ ਯਾਰ ਇਸ ਤੋਂ ਉੱਪਰ ਕੋਈ ਟਾਈਟਲ ਮਿਲ ਨਹੀਂ ਰਿਹਾ ਤੇ ਭਾਜੀ ਜਿਹੜੇ ਸੁਮਿਤ ਭਾਜੀ ਇਹਨਾਂ ਰਾਏ ਭਾਜੀ ਜਾਂ ਆਪਣੇ ਹੰਦਲ ਭਾਜੀ ਡਾਇਰੈਕਟਰ ਇਹਨਾਂ ਨੇ ਫਿਰ ਸਾਰਿਆਂ ਨੇ ਦੁਬਾਰਾ ਰੱਖਿਆ ਵੀ ਕੁਲਚੇ ਛੋਲੇ ਹੀ ਹੋਣਾ ਚਾਹੀਦਾ ਫਿਰ ਸਾਰਿਆਂ ਦਾ ਇੱਕੋ ਦਮ ਨਿਕਲਦਾ ਹੀ ਮੂੰਹ ਚੋਂ ਕਹਿੰਦੇ ਹਾਂ ਯਾਰ ਕੁਲਚੇ ਛੋਲੇ ਬੈਸਟ ਐ ਤੇ ਬਸ ਫਿਰ ਉਹ ਰੱਖ ਹੋ ਗਿਆ ਟਾਈਟਲ ਤੇ ਵਧੀਆ ਮਤਲਬ ਮੈਨੂੰ ਐਨ ਲੱਗਦਾ ਕਿ ਉਹ ਪੂਰਾ ਇਨਸਾਫ ਹੋ ਰਿਹਾ ਹੈ ਕਹਾਣੀ ਦੇ ਨਾਲ ਓਕੇ ਇਹ ਤਾਂ ਹੁਣ ਜਦੋਂ ਟੀਜ਼ਰ ਟ੍ਰੇਲਰ ਆਏਗਾ ਫਿਰ ਉਹਦਾ ਪਤਾ ਲੱਗੇਗਾ ਲੇਕਿਨ ਇਹ ਹੈਗਾ ਕਿ ਜਿਹੜੀ ਉਹ ਥੀਮ ਹੈਗੀ ਹੈ ਪੋਸਟਰ ਦੇ ਵੀ ਆਪਾਂ ਦੇਖ ਰਹੇ ਹਾਂ ਨਾ ਤਾਂ ਪਤਾ ਲੱਗ ਰਿਹਾ ਹੈ ਕਿ ਕੁਝ ਸ਼ਾਇਦ ਜਿਵੇਂ ਤੁਸੀਂ ਦੱਸ ਰਹੇ ਹੋ ਹੁਣ ਮੈਨੂੰ ਕਲਿੱਕ ਕਰ ਰਿਹਾ ਹੈ ਕਿ ਸ਼ਾਇਦ ਅੰਮ੍ਰਿਤਸਰ ਦੇ ਆਲੇ ਦੁਆਲੇ ਕੋਈ ਲਵ ਸਟੋਰੀ ਮਤਲਬ ਰਿਵੋਲਵ ਹੋ ਰਹੀ ਹੈ ਇਦਾਂ ਕੁਝ ਹਾਂਜੀ ਹਾਂਜੀ ਅੰਮ੍ਰਿਤਸਰ ਵੀ ਕਿਉਂਕਿ ਸਿਫਤੀ ਦਾ ਘਰ ਅੰਮ੍ਰਿਤਸਰ ਸਾਡਾ ਨਾ ਉੱਥੇ ਜਿਹੜੇ ਕੁੜੀਆਂ ਖਾਸ ਹੋਦੇ ਕਿਉਂਕ ਉਹ ਅੰਮ੍ਰਿਤਸਰ ਤੋਂ ਬੈਸਤਾ ਕੋਈ ਜਗ੍ਹਾ ਹੈ ਹੀ ਨਹੀਂ ਬਿਲਕੁਲ ਤੇ ਪਾਣੀ ਦੇ ਵਿੱਚ ਉੱਥੇ ਕੁਝ ਹੈਗਾ ਮੈਂ ਮੁੰਡਿਆਂ ਨੂੰ ਵੀ ਕਹਿੰਦਾ ਜਿਹਨੇ ਬਾਡੀ ਬਣਾਣੀ ਉੱਥੇ ਜਾ ਕੇ ਬਣਾਓ ਤੁਸੀਂ ਮਤਲਬ ਛੋਲੇ ਖਾ ਕੇ ਡੋਲੇ ਬਣਾ ਲੋਗੇ ਮੈਂ ਉਹ ਪਾਣੀ ਦੇ ਵਿੱਚ ਬੜਾ ਮਤਲਬ ਬਰਕਤ ਹੈਗੀ ਹੈ ਤੇ ਸੋ ਇਸੇ ਕਰਕੇ ਜਿਵੇਂ ਕੁਲਚੇ ਛੋਲੇ ਅੰਮ੍ਰਿਤਸਰ ਨਾਲ ਰਿਲੇਟਡ ਹੈ ਤੇ ਕਹਾਣੀ ਵੀ ਅੰਮ੍ਰਿਤਸਰ ਦੀ ਹੈ ਓਕੇ ਤੇ ਜਿਵੇਂ ਪੰਜਾਬ ਪਿਓਰ ਪੰਜਾਬੀ ਜੀ ਕਹਿੰਦੇ ਅੰਮ੍ਰਿਤਸਰ ਯੈਸ ਤੇ ਅੰਮ੍ਰਿਤਸਰ ਭਰਾ ਤੇ ਉਦਾਂ ਦਾ ਹੀ ਸਾਰਾ ਕੁਝ ਹੈ ਉਦਾਂ ਦੀਆਂ ਐਡਰੈਸਸ ਉਦਾਂ ਦੀ ਆਪਾਂ ਡਾਇਲੌਗ ਡਿਲੀਵਰੀ ਉਦਾਂ ਦਾ ਟੱਚ ਰੱਖਿਆ ਬੜਾ ਮਜ਼ਾ ਵੇਸੇ ਤੇ ਦੇਖੋ ਤੁਸੀਂ ਪੰਜਾਬ ਤੋਂ ਹੀ ਬਿਲੋਂਗ ਕਰਦੇ ਹੋ ਹੈਨਾ ਸੋ ਕੋਈ ਕਿਉਂਕਿ ਦੇਖੋ ਡਾਇਲੈਕਟ ਦਾ ਡਿਫਰੈਂਸ ਆ ਜਾਂਦਾ ਹੈ ਹੈਨਾ ਉਹ ਜਿਹੜੇ ਅੰਮ੍ਰਿਤਸਰ ਦੇ ਲੋਕ ਹੁੰਦੇ ਆ ਉਹ ਆਂੜਿਆ ਜਾਂੜਿਆ ਉੱਦਾਂ ਗੱਲ ਕਰਦੇ ਆ ਸੋ ਇਦਾਂ ਦੀ ਕੋਈ ਪ੍ਰੈਪਰੇਸ਼ਨ ਖਾਸ ਤੌਰ ਤੇ ਕਰਨੀ ਪਈ ਸੀ ਆ ਕੁਝ ਪ੍ਰੈਪਰੇਸ਼ਨ ਤਾਂ ਕਰਨੀ ਪੈਂਦੀ ਆ ਬਟ ਇਹ ਵੀ ਜ਼ਹਿਨ ਚ ਐਕਟਰ ਦੇ ਹੁੰਦੀਆਂ ਹੀ ਆ ਚੀਜ਼ਾਂ ਮਤਲਬ ਮੈਂ ਕਾਲਜ ਟਾਈਮ ਮੈਂ ਮਿਕਰੀ ਕਰਦਾ ਰਿਆ ਸੋ ਉਹਦੇ ਕਾਰਨ ਮੈਨੂੰ ਕੈਰੈਕਟਰ ਜਾਂ ਕੁਝ ਟੋਨ ਫੜਨ ਚ ਮੁਸ਼ਕਿਲ ਨਹੀਂ ਆਂਦੀ ਤੇ ਮੈਂ ਕਿਸੇ ਵੀ ਤਰ੍ਹਾਂ ਦਾ ਲੈਂਗੁਏਜ ਨੂੰ ਉਹ ਉਹ ਮਤਲਬ ਇੱਕ ਹੁੰਦੀ ਆ ਜ਼ੁਬਾਨ ਦੇ ਆਕਾਰ ਵਿਹਾਰ ਵੀ ਕਿਦਾਂ ਮੈਂ ਤਾਂ ਸੋਲ ਫੜ ਲੰਨਾ ਉਹ ਕੁਦਰਤੀ ਗੋਡ ਗਿਫਟ ਆ ਮੈਨੂੰ ਕਿਉਂਕਿ ਮੈਂ ਮਿਮਿਕਰੀ ਵੀ ਜਦੋਂ ਕਰਦਾ ਸੀਗਾ ਤੇ ਮੈਂ ਐਕਟਰਾਂ ਦੇ ਡਾਇਲੋਗ ਨਹੀਂ ਸੁਣਦਾ ਸੀ ਮੈਂ ਉਹ ਇਹ ਸੋਚਦਾ ਜੀ ਦਿਮਾਗ ਤੋਂ ਕਿਦਾਂ ਦਾ ਐਕਟਰ ਵੀ ਜਿਵੇਂ ਦਾਰਾ ਸਿੰਘ ਜਾਂ ਸਨੀ ਦੇ올 ਜਾਂ ਸੁਨਨ ਛੱਤੀ ਯਕਸ਼ੇ ਕੁਮਾਰ ਅਜੀਤ ਦੇਵਗਨ ਇਹ ਕਿਦਾਂ ਸੋਚਦੇ ਆ ਮੈਂ ਉਦਾਂ ਮੇਰਾ ਢੰਗ ਹੁੰਦਾ ਮੈਂ ਮਿਊਟ ਕਰਕੇ ਦੇਖਦਾ ਹੁੰਦਾ ਮੈਂ ਮਿਊਟ ਕਰਕੇ ਮੈਂ ਮਿਮਿਕਰੀ ਸਿੱਖਦਾ ਹੁੰਦਾ ਸੀ ਸੋ ਐਸੇ ਕਰਕੇ ਇਹ ਚੀਜ਼ ਮੇਰੇ ਕਿਤੇ ਨਾ ਕਿਤੇ ਪਰਮਾਤਮਾ ਦੀ देन ਹੈਗੀ ਐ ਸੋ ਮੈਨੂੰ ਫਰਕ ਨਹੀਂ ਪੈਂਦਾ ਜਿਆਦਾ ਉਹ ਚੀਜ਼ ਵੀ ਇਹਨੂੰ ਪ੍ਰੇਪਰੇਸ਼ਨ ਮੈਨੂੰ ਇੱਕ ਦੋ ਦਿਨ ਚਾਹੀਦੇ ਹੁੰਦੇ ਬਸ ਉਹ ਮੰਥਨ ਕਰਨ ਲਈ ਫਿਰ ਮੈਂ ਆਪਣੇ ਗੋਦਾਮ ਚੋਂ ਜ਼ਿੰਦਗੀ ਦੇ ਬੈਕ ਜਾਣਾ ਆ ਤੇ ਉਹ ਕੁਝ ਬੰਦਿਆਂ ਨੂੰ ਯਾਦ ਕਰਦਾ ਮੈਮੋਰਾਇਜ਼ ਕਰਦਾ ਜਿਹੜੇ ਮੇਰੇ ਨਾਲ ਸੀ ਕੋਈ ਅਮਰਸਾਦਾ ਗੋਦਾ ਫਿਰ ਉਹ ਕੈਰੈਕਟਰ ਨੂੰ ਮੈਂ ਉਹਦੀ ਆਵਾਜ਼ ਜ਼ਹਿਨ ਚ ਲਿਆ ਕੇ ਤੇ ਜਿੱਦਾਂ ਕਿ ਡਾਇਰੈਕਟਰ ਸਕ੍ਰਿਪਟ ਦੀ ਡਿਮਾਂਡ ਹੁੰਦੀ ਐ ਮਿਕਸ ਕਰਕੇ ਬਣਾ ਲਈਦਾ ਥੋੜਾ ਜਿਹਾ ਸਾਨੂੰ ਪ੍ਰੈਜੈਂਟ ਕਰਕੇ ਦੱਸ ਸਕਦੇ ਹੋ ਮਤਲਬ ਕਿ ਜੇ ਤੁਸੀਂ ਥੋੜਾ ਜਿਹਾ ਮਿਮਿਕ ਵੀ ਕਰਨਾ ਹੈ ਠੀਕ ਹੈ ਔਰ ਇਹ ਜਿਹੜਾ ਅੰਮ੍ਰਿਤਸਰ ਦਾ ਜਿਹੜਾ ਲਹਿਜਾ ਹੁੰਦਾ ਉਸ ਵਿੱਚ ਥੋੜਾ ਜਿਹਾ ਬੋਲ ਕੇ ਵੀ ਦਿਖਾ ਦਿਓ ਸਾਨੂੰ ਦੇਖੋ ਅੰਮ੍ਰਿਤਸਰ ਐਨਾ ਵੀ ਮੈ ਯੂਥ ਫੈਸਟੀਵਲ ਦੇ ਦਿਨਾਂ ਦੇ ਵਿੱਚ ਨਾ ਉੱਥੇ ਦੇਖਿਆ ਜਾਵੇ ਅੰਮ੍ਰਿਤਸਰ ਗੁਰੂ ਨਾਨਕ ਦੇ ਯੂਨੀਵਰਸਿਟੀ ਦਾ ਬਹੁਤ ਵੱਡਾ ਮਤਲਬ ਮੈਂ ਕਹਿੰਨਾ ਦੇਨ ਹੈ ਨਾਟ ਮੈਨੂੰ ਪੂਰੀ ਫਿਲਮ ਇੰਡਸਟਰੀ ਨੂੰ ਕਿਉਂਕਿ ਆ ਜੋ ਜਿੰਨੇ ਵੀ ਟਾਪ ਦੇ ਕਮੇਡੀਅਨਸ ਐਕਟਰ ਹੈ ਸਾਰੇ ਉੱਥੋਂ ਐ ਵੇਕ ਲੋਟ ਆ ਕਪਿਲ ਸ਼ਰਮਾ ਤੋਂ ਲੈ ਕੇ ਭਾਰਤੀ ਸੁਦੇਸ਼ ਲਹਿਰੀ ਜਿੰਨੇ ਵੀ ਬੰਦੇ ਆ ਉਹ ਸਾਰੇ ਅਮਰitsar ਦੀ ਧਰਤੀ ਦੇ ਦੇ ਅਤੇ ਮੈਂ ਲੁਧਿਆਣੇ ਦਾ ਬਟ ਮੈਂ ਸਿੱਖਣ ਲਈ ਉੱਥੇ ਜਾਂਦਾ ਸੀ ਤੇ ਮੈਂ ਉੱਥੇ ਗਲੀ 'ਚ ਮੇਰੇ ਕਈ ਦੋਸਤ ਹੁੰਦੇ ਤੇ ਜਿਹੜੀ ਲੋਕਲ ਐ ਉੱਥੇ ਬਿਊਟੀ ਉੱਥੇ ਦੀ ਜਿਵੇਂ ਇੱਥੇ ਲੇਡੀਜ਼ ਆ ਜਿਵੇਂ ਨਾ ਉਹਨਾਂ ਨੂੰ ਖੁਦ ਨੂੰ ਨਹੀਂ ਪਤਾ ਵੀ ਉਹ ਕੈਰੇਕਟਰ ਨੇ ਜਿਵੇਂ ਇੱਕ ਅਮਰitsar ਦੀ ਖਾਸ ਗੱਲ ਇਹ ਵੀ ਤੁਸੀਂ ਕਿਸੇ ਵੀ ਗਲੀ ਮਹੱਲੇ ਪਿੰਡ ਚਲੇ ਜਾਓ ਤੁਹਾਨੂੰ ਪਛਾਣਨਗੇ ਕਿਉਂਕਿ ਉਹ ਇੰਨਾ ਟੀਵੀ ਦੇਖਦੇ ਆ ਮਤਲਬ ਪੰਜਾਬੀ ਵਿੱਚ ਕਹੋ ਵਿਲੇ ਕੰਮ ਵੀ ਕਰ ਮਤਲਬ ਉਹ ਵੇਲੇ ਇਹਦਾ ਸਭ ਚਲੋ ਕਾਮੇਡੀ ਵੇਜ ਕਹਿਤਾ ਬਟ ਉਹ ਕੀ ਅਭੀ ਐਂਟਰਟੇਨਿੰਗ ਬਹੁਤ ਅਲੋਗ ਬੋਰਿਅਤ ਨਹੀਂ ਹੈਗੀ ਉੱਥੇ ਅਮਰਸਰ ਦੇ ਮਤਲਬ ਜਾਣਦੇ ਹੋਰ ਭਾਜੀ ਤੁਹਾਨੂੰ ਦੇਖਿਆ ਸੀ ਅਮਰਸਰ ਤੇ ਉੱਥੇ ਤੁਸੀਂ ਭਾਜੀ ਤੇ ਤੁਸੀਂ ਜਸਮਤ ਸਿੰਘ ਕੜਾ ਬਿੱਤਰ ਬਾਸਾ ਦੇਖਿਆ ਤੇ ਉੱਥੇ ਮੈਂ ਲੇਡੀਜ਼ ਪਹਿਲੀ ਵਾਰ ਮੈਂ ਹੱਸਾ ਮੈਨੂੰ ਆਇਆ ਇੱਕ ਵਨ ਜਨਾਨੀ ਉੱਥੇ ਲੜ ਲਈ ਹੈ ਘੁਲੇ ਚ ਦੇਖੋ ਭਾਈ ਇਹ ਕਿਦਾਂ ਦੀਆਂ ਗੱਲਾਂ ਕਰਨ ਡਿਆ ਤੇ ਮੁੰਡੇ ਦੇ ਚਪੇੜ ਮਾਰਤੀ ਤੇ ਇਹਨੂੰ ਪੁੱਛਿਆ ਸੀ ਨੀ ਪਤਲੀ ਘਰੋਂ ਖੜਿਆ ਤੇ ਸਾਡਾ ਮੁੰਡਾ ਹੋ ਕੇ ਤਾਂ ਸਹੀ ਦਿੰਦੀਆਂ ਗੱਲਾਂ ਕਰਨ ਡਿਆ ਤੇ ਮੈਂ ਚੱਲ ਬੈ ਚੱਲ ਮੈਂ ਕਬੂਦ ਦੇਣਾ ਕਮ ਅੱਛਾ ਮੈਂ ਹੱਸਿਆ ਤੇ ਉਸ ਤੋਂ ਬਾਅਦ ਮੈਂ ਸੁਦੇਸ਼ ਜੈਨ ਨੂੰ ਮਿਲਿਆ ਤੇ ਉਹ ਸੇਮ ਕੈਰੈਕਟਰ ਕਰਦੇ ਹੁੰਦੇ ਸੀ ਮੈਂ ਕਿਹਾ ਭਾਈ ਇਹ ਤਾਂ ਸੱਚੀ ਮੋ ਜਨਾਨੀ ਦੇਖੀ ਇਦਾਂ ਦੀ ਤੇ ਉਹ ਫਿਰ ਉਹ ਲੇਡੀਜ਼ ਦਾ ਤੇ ਉਹ ਦਿਮਾਗ ਚ ਰਹਿ ਜਾਂਦੀਆਂ ਗੱਲਾਂ ਮੈਂ ਮਿਖਰੀ ਕਰਕੇ ਨਾ ਕਿਉਂਕਿ ਕੰਮ ਆਉਂਦੀਆਂ ਸੀ ਸਕਿੱਟ ਦੇ ਵਿੱਚ ਹਿਸਟ੍ਰੋਨਿਕਸ ਚ ਕਰਦੇ ਹੁੰਦੇ ਸੀ ਤੇ ਫਿਰ ਜਦੋਂ ਇਹਨਾਂ ਨੇ ਕਿਹਾ ਵੀ ਇਦਾਂ ਅੰਮ੍ਰਿਤਸਰ ਸਭ ਤੋਂ ਵਧੀਆ ਚ ਲੁੱਕ ਜਿਹੜੀ ਹੈ ਨਾ ਮੇ ਉਹ ਜਿਹੜੀ ਮੇਰੀ ਅਸਲੀ ਲੁੱਕ ਆ ਸਰਦਾਰ ਦੀ ਕਿਉਂਕਿ ਮੈਂ ਸਰਦਾਰ ਫੈਮਿਲੀ ਤੋਂ ਆ ਤੇ ਡੈਡੀ ਸਾਡੇ ਦਾਦੇ ਬਾਬੇ ਸਾਰੇ ਪੱਗਾਂ ਵਾਲੇ ਸੀਗੇ ਤੇ ਉਹ ਫਿਲਮ ਨੂੰ ਵੈਲਿਊ ਸਮਝ ਆਈ ਮੈਂ ਜਦੋਂ ਇੱਕ ਮਹੀਨਾ ਉਹ ਪਗੜੀ ਬੰਨੀ ਜਦੋਂ ਮੈਂ ਉਤਾਰੀ ਤੇ ਮੈਨੂੰ ਐ ਲੱਗਾ ਮੇਰਾ ਸਿਰ ਕੱਟਦਾ ਕਿਸੇ ਨੇ ਤੁਮੈਨੂੰ ਉਦੋਂ ਫੀਲ ਹੋਇਆ ਮੈਂ ਉਹ ਵਾਕਈ ਉਹ ਰੇਚ ਵਿੱਚ ਗਿਆ ਤੇ ਉਹਦੇ ਲਈ ਥੈਂਕਸ ਹੁੰਦਲ ਭਾਜੀ ਦਾ ਇਹਨਾਂ ਨੇ ਸੋਚਿਆ ਸੀ ਪਹਿਲਾਂ ਮੈਨੂੰ ਐਨ ਲੱਗਾ ਇਹ ਕਹਿੰਦੇ ਤੈਨੂੰ ਸਰਦਾਰ ਬਣਾਵਾਂਗੇ ਕਹਿੰਦਾ ਕਿਉਂਕਿ ਤੇਰੀ ਜਿਹੜੀ ਲੁੱਕ ਹੈ ਨਾ ਪੰਜਾਬੀ ਨਹੀਂ ਲੱਗਦੀ ਤੂੰ ਸਾਊਥ ਇੰਡੀਆਝਾ ਲੱਗਦਾ ਅੱਛਾ ਤੇ ਕਹਿੰਦੇ ਵੀ ਪੰਜਾਬੀ ਲੁੱਕ ਦਾ ਦੁਆਰਾ ਵੱਡਾ ਰੋਲ ਹੈ ਮਤਲਬ ਹੀਰੋ ਟਾਈਪ ਹੈ ਬੂਰਾ ਤੇ ਸਰਦਾਰ ਬਣਾਣੇ ਆ ਤੇ ਮੈਂ ਕਿਹਾ ਚਲੋ ਆਪਣਾ ਡਾਇਰੈਕਟਰ ਦਾ ਕੰਮ ਹੈ ਉਹ ਨਾ ਆਪਣਾ ਕੰਮ ਤਾਂ ਐਕਟਿੰਗ ਕਰਨਾ ਆ ਤੇ ਸੋ ਥੈਂਕਸ ਟੂ ਹੁੰਦਲ ਭਾਜੀ ਇਹਨਾਂ ਦੀ ਇਹ ਤੇ ਮਨਰਾਜ ਭਾਜੀ ਜਿਨ੍ਹਾਂ ਨੇ ਜਿਨ੍ਹਾਂ ਦੇ ਕਰਕੇ ਮੈਂ ਪ੍ਰੋਜੈਕਟ 'ਚ ਆਇਆ ਕਿਉਂਕਿ ਮੈਂ ਆਂਦਾ ਹੁੰਦਾ ਜੀ ਮੇਰੇ ਬੁਰੇ ਪੁਰਾਣੇ ਪਿਆਰੇ ਦੋਸਤ ਨੇ ਵੱਡੇ ਭਾਜੀ ਨੇ ਤੇ ਇਹ ਕਹਿੰਦੇ ਵੀ ਤੈਨੂੰ ਪੰਜਾਬੀ ਫਿਲਮਾਂ ਕਰਨੀਆਂ ਚਾਹੀਦੀਆਂ ਮੈਂ ਕਿਹਾ ਮੈਂ ਕਰਨ ਲਈ ਤਿਆਰ ਆ ਕਹਿੰਦੇ ਨਹੀਂ ਥੋੜਾ ਇੱਥੇ ਰਹਿਣਾ ਪੈਣਾ ਇੱਥੇ ਪੰਜਾਬ 'ਚ ਨਾ ਇੱਥੇ ਥੋੜਾ ਜਿਹਾ ਟਾਈਮ ਜਣਾ ਪੈਣਾ ਕੁਦਰਤੀ ਲਾਕਡਾਊਨ ਲੱਗ ਗਿਆ ਤੇ ਫਿਰ ਆਣਾ ਹੀ ਪਿਆ ਫਿਰ ਇੱਥੇ ਹੁਣ ਚਲੋ ਵਧੀਆ ਕੁਝ ਅੱਛੇ ਆਫਰਸ ਨੇ ਤੇ ਆਣ ਵਾਲੇ ਟਾਈਮ 'ਚ ਵਧੀਆ ਇਸ ਤੋਂ ਇਲਾਵਾ ਵੀ ਅੱਛੀਆਂ ਜਿਹੀਆਂ ਫਿਲਮਾਂ ਕਰਨ ਨੂੰ ਮਿਲ ਰਹੀਆਂ ਇਹ ਚੰਗਾ ਕੰਮ ਜਿਹਦੇ ਚ ਆਏਗਾ ਬਟ ਕੁਲਚੇ ਛੋਲੇ ਜਿਹੜੀ ਆ ਮੈਨੂੰ ਲੱਗਦਾ ਹੈ ਕਿ ਇਹ ਕਮਬੈਕ ਹੈ ਡੈਫੀਨਿਟਲੀ ਪੰਜਾਬ ਜੀ ਡੈਫੀਨਿਟਲੀ ਤੁਸੀਂ ਇੰਨਾ ਬ੍ਰੇਕ ਕਿਉਂ ਲੇਤਾ ਇਫ ਆਮ ਨਾਟ ਰੋਂਗ ਵਿਆਸ 70 ਕਿਲੋਮੀਟਰ ਸੀਗੀ ਆਈ ਥਿੰਕ ਲਾਸਟ ਔਰ ਉਸ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਤੁਸੀਂ ਥੋੜਾ ਜਿਹਾ ਬ੍ਰੇਕ ਲੈ ਲੇਤਾ ਸੀ ਕਿ ਕੀ ਸੀਗਾ ਆਈ ਡੋਨਟ ਨੋ ਨਹੀਂ ਬ੍ਰੇਕ ਨਹੀਂ ਸੀ ਮੈਂ ਐਕਚੁਅਲੀ ਉਹੀ ਹੈ ਵੀ ਇੱਧਰ ਬੰਬੇ ਵੀ ਦੋ ਪੈਰ ਆ ਨਾ ਕਿ ਇੱਧਰ ਕੁ ਇੱਧਰ ਤੇ ਰਿਐਲਿਟੀ ਸ਼ੋਜ਼ ਦਾ ਮੈਂ ਲਗਾਤਾਰ ਕਰਦਾ ਹੀ ਰਿਹਾ ਹਾਂ ਤੇ ਬਟੋਚ ਨਾ ਸੈਟੀਸਫੈਕਸ਼ਨ ਨਹੀਂ ਹੈ ਟੀਵੀ ਦੇ ਵਿੱਚ ਮੈਂ ਟੀਵੀ ਕਰਨ ਨਹੀਂ ਗਿਆ ਸੀ ਬੰਬੇ ਟੀਵੀ ਚਲੋ ਲਫਟਰ ਚੈਲੰਜ ਦਾ ਬਲਾਵਾ ਆ ਗਿਆ ਚੱਲ ਗਏ ਸਾਰੇ ਜਾ ਰਹੇ ਸੀ ਚਲੋ ਦਿਖਾਵਾਂਗੇ ਟੀਵੀ ਚਾਵਾਂਗੇ ਉਹਨਾਂ ਨੈਸ਼ਨਲ ਲੈਵਲ ਤੇ ਪਛਾਣ ਬਣ ਕੇ ਪ੍ਰੋਗਰਾਮ ਮਿਲਣ ਹੋਗੇ ਬਿਜ਼ੀ ਹੋ ਗਏ ਬਿਜ਼ੀ ਕੀ ਹੋ ਗਏ ਸਿੱਖਣ ਲੱਗੇ ਮੈਂ ਮਤਲਬ ਸਿੱਖਿਆ ਮੈਂ ਸਹੀ ਦੱਸਾਂ ਮੈਨੂੰ ਥੀਏਟਰ ਕਰਨ ਦਾ ਮੌਕਾ ਨਹੀਂ ਮਿਲਿਆ ਮੈਂ ਬਹੁਤ ਘਟ ਕੀਤਾ ਕਾਲਜ ਦੇ ਵਿੱਚ ਬਟ ਮੈਂ ਨਾ ਪ੍ਰੋਫੈਸ਼ਨਲ ਥੀਏਟਰ ਕਰਨਾ ਚਾਹੁੰਦਾ ਯਾ ਐਨਐਸਡੀ ਜਾਣਾ ਚਾਹੁੰਦਾ ਹੀ ਐਫਟੀਆਈ ਤੇ ਬਟ ਮੈਨੂੰ ਕੋਈ ਰਸਤਾ ਨਹੀਂ ਪਤਾ ਹੀ ਰਾਹ ਰਸਤਾ ਨਹੀਂ ਪਤਾ ਹੀ ਤੇ ਇਸੇ ਕਰਕੇ ਅ ਮੇਰੇ ਦਿਲ 'ਚੋ ਇੱਛਾ ਸੀਗੀ ਬਟ ਮੈਨੂੰ ਇਦਾਂ ਲੱਗਾ ਕਿ ਜੇ ਤੁਹਾਡੀ ਨੀਅਤ ਸਾਫ਼ ਹੋਵੇ ਨਾ ਲਗਨ ਹੋਵੇ ਫਿਰ ਪ੍ਰਮਾਤਮਾ ਤੁਹਾਨੂੰ ਕਿਸੇ ਨਾ ਕਿਸੇ ਢੰਗ 'ਚ ਕਰਵਾ ਲੈਂਦਾ ਤੇ ਜਿਹੜੇ ਇਹ ਲਾਈਵ ਮੈਂ ਰਿਐਲਿਟੀ ਸ਼ੋਜ਼ ਕੀਤੇ ਕਾਮੇਡੀ ਇਹ ਇੱਕ ਤਰ੍ਹਾਂ ਮੇਰਾ ਲਾਈਵ ਥੀਏਟਰ ਸਗਾ ਮੈਨੂੰ ਪ੍ਰਮਾਤਮਾ ਨੇ ਸਿੱਖਣ ਦੇ ਪੈਸੇ ਦਿੱਤੇ ਯੈਸ ਤੇ ਉਹ ਕਹਿ ਲੋ ਕਿ ਉਹ ਟ੍ਰੇਨਿੰਗ ਸੀ ਮੇਰੀ ਉਹ 10-12 ਸਾਲ ਤੇ ਹੁਣ ਮੈਨੂੰ ਲੱਗਦਾ ਕਿ ਮੈਂ ਉਹ ਡਿਗਰੀ ਲੈ ਕੇ ਨਿਕਲ ਗਿਆ ਹੁਣ ਨੌਕਰੀ ਮਿਲੇਗੀ ਡੈਫੀਨੇਟਲੀ ਡੈਫੀਨੇਟਲੀ ਜਸਵੰਤ ਇੱਕ ਨਵੀਂ ਰਿਕੁਐਸਟ ਹੈਗੀ ਹੈ ਤੁਹਾਡੇ ਲਈ ਕਿ ਵੀ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਤਾਂ ਥੋੜੀ ਜੀ ਸਣੀ ਦਿਓ ਇਹਨਾ ਇਹ ਸਾਰੇ ਸ਼ਹਿਦ ਪਲੀਜ਼ ਇਹ ਤੁਸੀਂ ਪਹਿਲਾਂ ਇੰਟਰਵਿਊ ਤੇ ਪਹਿਲਾਂ ਠੋਠੋ ਲਾਣੀਆਂ ਨਾ ਉਹ ਤਾਂ ਮਨੇ ਨਹੀਂ ਮਜ਼ਾ ਆਏਗਾ ਨਾ ਤੁਹਾਡੇ ਨਾਲ ਹੁਣ ਗੱਲਬਾਤ ਕਰ ਰਹੇ ਹਾਂ ਥੋੜਾ ਜਿਹਾ ਫ੍ਰੀ ਲਾਈਫਸ ਕੁਝ ਤਾਂ ਹੋਣਾ ਚਾਹੀਦਾ ਹੈ ਨਾ ਅੱਛਾ ਅੱਛਾ ਮੈਂ ਮਿਕਰੀ ਮਤਲਬ ਕਰ ਰਹੀ ਕਿਹਦੀ ਕਿਹਦੀ ਮਿਕਰੀ ਮਿਕਸ ਕਰਕੇ ਦੱਸ ਦੋ ਮੈਸ਼ ਅੱਪ ਇੱਧਰ ਥੋੜੀ ਹੁੰਦਾ ਇੱਕ ਹੀ ਥੋੜੀ ਹੁਣ ਮਜ਼ੇ ਅੱਪਾ ਫਿਰ ਸਾਰੀਆਂ ਕਰਵਾ ਲੈਣੀਆਂ ਅੱਛਾ ਮੈਂ ਤੁਹਾਨੂੰ ਦਾ ਆਪਣਾ ਉਹ ਇੱਕ ਆਈਟਮ ਮੈਂ ਕਰਦਾ ਹੁੰਦਾ ਸੀ ਜਿਹੜੀ ਬੜੀ ਐਪਰੀਸ਼ੀਏਟ ਲੋਕੀ ਕਰਦੇ ਹੁੰਦੇ ਸੀ ਉਹਦੇ ਚ ਕੀ ਕੀਤਾ ਸੀ ਕਿ ਐਕਟਰ ਪੰਜਾਬ ਚਾਂਦੇ ਤੇ ਉਹ ਰਿਐਲਿਟੀ ਸ਼ੋਅ 'ਚ ਹਿੱਸਾ ਲੈਣ ਪੰਜਾਬੀ ਗਾਣੇ ਗਾਉਂਦੇ ਹਨ ਤੇ ਉਹ ਕਿਦਾਂ ਸੀ ਵੀ ਸੁਨੀਲ ਛੱਟੀ ਹਨਾ ਉਹ ਆਪਣੇ ਅੰਦਾਜ਼ ਉਹ ਬੋਲਦੇ ਕਹਿੰਦੇ ਬਸ ਤੁਮ ਲੋਕਾਂ ਕੋ ਪੰਜਾਬੀ ਗਾਣਾ ਨਾ ਸੁਣ ਆਇਓ ਨਹੀਂ ਸਕਦਾ और आप लोग इसे लाइक और शेयर ना करें ये मैं और नहीं दूंगा नहीं मैं आप लोगों को सरदुल सिकंदर का गाना सुनाऊंगा एक चारखा गली दे दि डाले दो जा सरमा खां बिच पाले एक तेरी का काशनी सोनी है एक तेरा लाल का गरा बेरोज सनी भाजी ऐसे तो म्यूजिक की सीढ़ियाँ बाजार में बहुत बिकती हैं लेकिन पंजाबी गाना गाने के लिए जो कलेजा चाहिए

ਯਾ ਕੈਨੇਡਾ ਜਾਂਦਾ ਡਾ ਰਹਿ ਜਾਂਦਾ ਕਾਮੇਡੀ ਸ਼ੋਹ ਜਾਂਦਾ ਤੇ ਪੰਜਾਬ ਤੇ ਫਿਰ ਕੰਮ ਕਿਉਂ ਛੱਡੀਏ ਤੇ ਇਹ ਸ਼ੌਂਕ ਸੀਗਾ ਮੇਰਾ ਬੜਾ ਪੁਰਾਣਾ ਮੈਂ ਐਕਚੁਅਲੀ ਸਕੂਲ ਟਾਈਮ ਮੈਂ ਮੇਰੀ ਪੇਸ਼ਾਨ ਜਿਹੜੀ ਐਜ਼ ਅ ਸਿੰਗਰ ਹੁੰਦੀ ਮੈਂ ਸ਼ਬੀਰ ਕੁਮਾਰ ਮੁਹੰਮਦ ਜੀ ਦੇ ਗਾਣੇ ਗਾਉਂਦਾ ਹੁੰਦਾ ਸੀ ਤੇ ਉਸ ਤੋਂ ਬਾਅਦ ਜਦੋਂ ਕਾਲਜ ਗਏ ਤੇ ਫਿਰ ਉੱਥੇ ਟੈਕਨੀਕਲੀ ਬਹੁਤ ਸਾਊਂਡ ਸੀਗੇ ਸਿੰਗਰ ਸਾਰੇ ਉਹ ਦੇਖ ਕੇ ਮੇਰਾ ਹੌਸਲਾ ਆਇਆ ਘੱਟ ਗਿਆ ਮੈਂ ਕਿਹਾ ਮੈਨੂੰ ਤਾਂ ਗਿਟਾਰ ਹਾਰਮੋਨੀਅਮ ਕੁਝ ਨਹੀਂ ਆਉਂਦਾ ਤੇ ਮੈਂ ਸਿੱਖੀ ਸੀ ਕਾਲਜ ਟਾਈਮ ਤੋਂ ਫਿਰ ਉਸ ਤੋਂ ਬਾਅਦ ਉਹ ਕਾਲ ਪ੍ਰੋਫੈਸਰ ਕਹਿੰਦੇ ਕੁਝ ਹੋਰ ਆਂਦਾ ਮੈਂ ਕਿਹਾ ਜੀ ਮੈਂ ਮਿਕਰੀ ਆਂਦੀ ਐਕਟਿੰਗ ਐਕਟਰਾਂ ਦੀ ਉਹ ਜਦੋਂ ਕੀਤੀ ਫੋ ਇੰਨੀਆਂ ਤਾੜੀਆਂ ਵੱਜੀਆਂ ਉਹ ਮੇਰੇ ਵਰਗਾ ਕੋਈ ਨਹੀਂ ਸੀ ਉੱਥੇ ਤੋਂ ਫਿਰ ਕਰਦੇ ਕਰਦੇ ਇੱਥੇ ਪਹੁੰਚ ਗਏ ਫਿਰ ਗਾਣਾ ਕਿਤੇ ਨਾ ਕਿ ਦਬਿਆ ਰਹਿ ਗਿਆ ਬਟ ਮੈਂ ਆਪਣੇ ਲਈ ਗਾਉਂਦਾ ਰਿਹਾ ਬੰਬੇ ਮਹਿਫਲਾਂ ਚ ਮੈਂ ਵੱਡੇ ਵੱਡੇ ਸਿੰਗਰਾਂ ਨਾਲ ਬਹਿ ਕੇ ਤੇ ਮੈਨੂੰ ਸ਼ੌਂਕ ਹੈਗਾ ਮੇਰੀ ਰੂਹ ਦੀ ਖੁਰਾਕ ਹੈ ਫਿਰ ਮੈਂ ਕਿਹਾ ਚਲੋ ਸਾਰੇ ਅਲੱਗ-ਅਲੱਗ ਕੁਝ ਕਰ ਰਹੇ ਆ ਤੇ ਫਿਰ ਮੈਂ ਤਾਂ ਕਰਕੇ ਮੈਂ ਕਿਹਾ ਚਲੋ ਆਹ ਕਰਦੇ ਆਂ ਤਾ ਕਰਕੇ ਕੀਤਾ ਹੀ ਗਾ ਜੋ ਆਪਣੇ ਲਈ ਨਹੀਂ ਹੁਣ ਸਾਡੇ ਲਈ ਵੀ ਥੋੜੀਆਂ ਜਿਹਾ ਦੋ ਕਲਾਈਨਾ ਚ ਜ਼ਰੂਰ ਬਣਦੀਆਂ ਨੇ ਨਾ ਓਕੇ ਤੁਹਾਨੂੰ ਮੈਂ ਕੀ ਸੁਣਾ ਹਿੰਦੀ ਸੁਣਾ ਪੰਜਾਬੀ ਇਹ ਅਸੀਂ ਤੁਹਾਡੇ ਤੱਕ ਕਿਹਨ ਪੰਜਾਬ ਹੈ ਤਾਂ ਫਿਰ ਪੰਜਾਬੀ ਬਣਦਾ ਪੰਜਾਬੀ ਸੁਣਾ ਦਿੰਦੇ ਆ ਮੈਂ ਆਪਣਾ ਹੀ ਗਾਣਾ ਸੁਣਾ ਦਿੰਦਾ ਤੇ ਉਹਦੇ ਚ ਰੀਜ ਗਾਣਾ ਸੀਗਾ ਤੇ ਹਨਾ ਉਹ ਥੋੜਾ ਜਿਹਾ ਹਲਕਾ ਜਾਂ ਕਾਮਿਕ ਫਲੇਵਰ ਵਾਲਾ ਆ ਕਿਉਂਕਿ ਮੇਰਾ ਰਾਈਟਰ ਦੋ ਸਾਹਮਣੇ ਦੋ ਕਹਿੰਦਾ ਭਾਈ ਤੁਸੀਂ ਪਹਿਲਾ ਗਾਣਾ ਕਰ ਰਹੇ ਹੋ ਥੋੜਾ ਜਿਹਾ ਇਦਾਂ ਦਾ ਹੋਣਾ ਚਾਹੀਦਾ ਮੈਂ ਕਿਹਾ ਚਲੋ ਠੀਕ ਹੈ ਮੈਨੂੰ ਤਾਂ ਜਿਆਦਾ ਨੌਲੇਜ ਨਹੀਂ ਮੈਂ ਕਰਦਾ ਲਫ਼ਜ਼ਾਂ ਵਿੱਚ ਦੱਸ ਨਹੀਂ ਹੋਣਾ ਤੂੰ ਕਿੰਨੀ ਸੋਣੀ ਏ ਉਹਦੀ ਖੁੱਲ ਜੁ ਕਿਸਮਤ ਜੀ ਦੇ ਉਹ ਕਰਮਾ ਚ ਤੂੰ ਹੋਣੀ ਏ ਤੂੰ ਜਿੱਥੇ ਪੈਰ ਧਰ ਦੇ ਮੈਂ ਕਣ ਲੱਗ ਜਿਉ ਥਾ ਉਹ ਮੇਰੀ ਬੜੀ ਰੀਜ ਤੈਨੂੰ ਉਹ ਮੇਰੇ ਬੱਚੇ ਬੋਲਣ ਮਾਂ ਉਹ ਮੇਰੀ ਬੜੀ ਰੀਜ ਤੈਨੂੰ ਉਹ ਮੇਰੇ ਬੱਚੇ ਅੱਖਣ ਮਾਂ ਵੰਡਰਫੁਲ ਇਹਦਾ ਮਤਲਬ ਮੈਨੂੰ ਸਿਕਾਇਆ ਇਹ ਤਾਂ ਰੋਮਾਂਟਿਕ ਹੈ ਤੁਸੀਂ ਕਹਿ ਰਹੇ ਹੋ ਕਿ ਥੋੜਾ ਜਿਹਾ ਉਧਰ ਦਾ ਹੋਏਗਾ ਔਰ ਜਿਹੜਾ ਤੁਸੀਂ ਟਵਿਸਟ ਦੇ ਕੇ ਗਾਇਆ ਨਾ ਬਟ ਨਹੀਂ ਸੀਰੀਅਸਲੀ ਪਤਾ ਲੱਗ ਰਿਹਾ ਹੈ ਕਿ ਸਿੱਖਿਆ ਹੋਇਆ ਹੈ ਇਹ ਥੋੜਾ ਜਿਹਾ ਲੇਟ ਤੁਸੀਂ ਐਕਸਪਲੋਰ ਕੀਤਾ ਬਟ ਡੈਫੀਨਿਟਲੀ ਬਹੁਤ ਸੋਨਾ ਗਾਇਆ ਤੇ ਅੱਗੇ ਹੋਰ ਫਿਰ ਸਿੰਗਿੰਗ ਦਾ ਪਲਾਨ ਹੈਗਾ ਤੁਹਾਡਾ ਨਹੀਂ ਨਹੀਂ ਇਦਾਂ ਦਾ ਕੁਝ ਮੇਰਾ ਪਲਾਨ ਤਾਂ ਮੈਂ ਕਿਸੇ ਕੁਝ ਨਹੀਂ ਕਰਦਾ ਬਟ ਜੋ ਦਿਲ ਨੂੰ ਚੰਗਾ ਲੱਗਦਾ ਉਹੀ ਕਰਦਾ ਤੇ ਉਹੀ ਕਰਨਾ ਚਾਹੀਦਾ ਕਿਉਂਕਿ ਮੈਨੂੰ ਲੱਗਦਾ ਨਹੀਂ ਆਰਟਿਸਟ ਬੈਸੀ ਬlesd ਹੁੰਦਾ ਕੁਦਰਤਾਂ ਨੂੰ ਤੇ ਇਸੇ ਗੱਲ ਦਾ ਸ਼ੁਕਰਾਨਾ ਕਰਨਾ ਚਾਹੀਦਾ ਕਿ ਰੱਬ ਨੇ ਤੁਹਾਨੂੰ ਕਲਾ ਦਿੱਤੀ ਹੈ ਤੇ ਉਤੋਂ ਉਹੀ ਰੋਜ਼ੀ ਰੋਟੀ ਬਣਾਤੀ ਸੋ ਮੈਨੂੰ ਨਹੀਂ ਲੱਗਦਾ ਕਿ ਆ ਕਰਨਾ ਆ ਕਰਨਾ ਰੱਬ ਆਪ ਹੀ ਕਰਵਾ ਲੈਂਦਾ ਲੋ ਕਰਵਾਉਂਦੇ ਆ ਮੈਂ ਕਹਾਂ ਕਿ ਮੈਂ ਪਹਿਲਾਂ ਮੈਂ ਮਿਕਰੀ ਜਾਂ ਸਟੈਂਡ ਅਪ ਜਾਂ ਫਿਲਮ ਇਬ ਆਲਰੇਡੀ ਪਲਾਨਡ ਆ ਸਾਰਾ ਕੁਝ ਤੁਸੀਂ ਚੱਲਦੇ ਚੱਲੋ ਆਪਣੇ ਆਪ ਹੀ ਪਰਤਾਂ ਖੁੱਲਦੀਆਂ ਰਹਿੰਦੀਆਂ ਜਿਵੇਂ ਜਿਵੇਂ ਬੰਦੇ ਨੂੰ ਸੋਝੀ ਆ ਜਾਂਦੀ ਸਮਝ ਆਂਦੀ ਆ ਸੋ ਇਸ ਕਰਕੇ ਮੈਂ ਪਲਾਨਿੰਗ ਨਹੀਂ ਕਰਦਾ ਤੇ ਹੋਏਗਾ ਪਰਮਾਤਮਾ ਵੱਲੋਂ ਤੇ ਕਰਦਾਂਗੇ ਹੋਰ ਡੈਫੀਨਿਟਲੀ ਬਟ ਮੈਂ ਪਰਸਨਲੀ ਇਹ ਜ਼ਰੂਰ ਕਵਾਂਗੀ ਕਿ ਯੂ ਸ਼ੁੱਡ ਡੈਫੀਨੇਟਲੀ ਡੂ ਥਿਸ ਆਫਨ ਕਿਉਂਕਿ ਬਹੁਤ ਵਧੀਆ ਲੱਗਿਆ ਤੁਹਾਡਾ ਗਾਣਾ ਸੁਣ ਕੇ ਮੈਂ ਬੇਸਿਕਲੀ ਸਾਜ਼ ਦਾ ਬਿਨਾ ਸਾਜ਼ ਤੋਂ ਗਾਣਾ ਥੋੜਾ ਔਖਾ ਹੁੰਦਾ ਤੇ ਪਹਿਲਾਂ ਮੈਨੂੰ ਨਹੀਂ ਲੱਗਦਾ ਸੀ ਬੜ ਜਦੋਂ ਮੈਂ ਥੋੜਾ ਸਟੇਜਾਂ ਤੇ ਗਿਆ ਤੇ ਮੈਨੂੰ ਸਮਝ ਆਈ ਵੀ ਸਾਜ਼ ਨਾਲ ਹੀ ਗਾਹ ਹੁੰਦਾ ਹੁਣ ਮੈਂ ਗਿਟਾਰ ਸਿੱਖਦਾ ਬਜਾਨਾ ਬੜੀ ਦੇਰ ਤੋਂ ਤੇ ਗਿਟਾਰ ਨਾਲ ਮੈਂ ਬਹੁਤ ਕੰਫਰਟ ਆ ਅਗਲੀ ਵਾਰ ਜਦੋਂ ਬੈਠਾਂਗੇ ਫਿਰ ਗਿਟਾਰ ਲੈ ਕੇ ਆਉਂਗਾ ਫਿਰ ਆਪਾਂ ਗਿਟਾਰ ਸੈਸ਼ਨ ਕਰਾਂਗੇ ਪੱਕਾ ਪੱਕਾ ਸੋ ਇੱਕ ਵਾਰੀ ਆਪਣਾ ਕੈਰੈਕਟਰ ਜਿਵੇਂ ਕਿ ਤੁਸੀਂ ਦੱਸ ਰਹੇ ਹੋ ਕਿ ਤੁਹਾਡੀ ਟਰਬਨ ਲੁੱਕ ਹੋਣ ਵਾਲੀ ਹੈ ਸੋ ਇਸ ਦੇ ਵਿੱਚ ਥੋੜਾ ਜਿਹਾ ਕੀ ਮਤਲਬ ਓਬਵੀਅਸਲੀ ਕਾਮੇਡੀ ਹੈਗਾ ਹੈ ਜਾਂ ਫਿਰ ਕੀ ਹੋ ਜਾਏ ਤੁਹਾਡਾ ਰੋਲ ਥੋੜਾ ਜਿਹਾ ਜੇਕਰ ਹੁਣੇ ਤੁਸੀਂ ਇਸ ਪੁਆਇੰਟ ਤੇ ਦੱਸ ਸਕੋ ਕਿ ਕੀ ਕੈਰੈਕਟਰ ਹੈਗਾ ਹੈ ਕਾਮੇਡੀ ਤਾਂ ਦੇਖੋ ਕਾਮੇਡੀ ਤਾਂ ਇਦਾਂ ਹੈ ਵੀ ਪੰਜਾਬੀ ਫਿਲਮ ਚ ਹੁੰਦੀ ਹੈ ਕਾਮੇਡੀ ਨਾਲ ਸਿਚੁਏਸ਼ਨਲ ਕਾਮੇਡੀ ਹੁੰਦੀ ਹੈ ਇੱਕ ਹੁੰਦੀ ਹੈ ਸਟੈਂਡ ਅਪ ਕਾਮੇਡੀ ਜਿਹੜੀ ਸਟੇਜ ਤੇ ਖੜੇ ਕਰਦੇ ਆਪਾਂ ਉਹਨੂੰ ਪਿਕਚਰਾਇਜ਼ ਕਰਕੇ ਫਿਲਮ ਚ ਵੀ ਲਿਆ ਸਕਦੇ ਆਂ ਬਟ ਇਹ ਜਿਹੜੀ ਫਿਲਮ ਚ ਕਹਾਣੀ ਕਹਿੰਦੀ ਹੁੰਦੀ ਹੈ ਕਾਮੇਡੀ ਤੁਸੀਂ ਪਾਤਰ ਹੁੰਨੇ ਹੋ ਕਹਾਣੀ ਹਸਾਉਂਦੀ ਹੈ ਉਹ ਜੋ ਤੁਸੀਂ ਪਾਤਰ ਉਹਦਾ ਨਿਭਾਣੇ ਹੋ ਤਾਂ ਆਪਣੇ ਆਪ ਹੀ ਹਾਸਾ ਆ ਜਾਏਗਾ ਇੱਕ ਹੁੰਦਾ ਐਫਰਟ ਕਰਕੇ ਹਸਾਣਾ ਇੱਕ ਹੁੰਦਾ ਐਫਰਟਲ ਤੇ ਫਿਲਮ ਦੇ ਵਿੱਚ ਐਫਰਟਲੈਸ ਹਾਸਾ ਆਉਣਾ ਚਾਹੀਦਾ ਹੈ ਨਾ ਤੇ ਉਦਾਂ ਹੀ ਆ ਇਹਦੇ ਵਿੱਚ ਤੇ ਮੈਂ ਮਿਰਮ ਕਿਉਂਕਿ ਕਾਮੇਡੀ ਕਰਦੇ ਕਰਦੇ ਤਾਂ ਕਿੰਨੇ ਸਾਲ ਹੋ ਗਏ ਕਿ ਮੈਨੂੰ ਇਹ ਲੱਗਦਾ ਸੀਗਾ ਇਹਦੇ ਜਿਹੜੇ 4-5 ਇਮੋਸ਼ਨਲ ਸੀਨ ਹੈ ਫਿਲਮ ਦੇ ਵਿੱਚ ਤੇ ਇੱਕ ਮਤਲਬ ਦੋਸਤ ਹੈ ਜਿਹੜਾ ਪਿੱਲਰ ਹੈ ਪੂਰੀ ਫਿਲਮ ਦੇ ਵਿੱਚ ਜਿਹੜਾ ਕੁਲਚੇ ਛੋਲੇ ਦੇ ਲਈ ਲਵਾਉਣ ਤੋਂ ਲੈ ਕੇ ਹੀਰੋ ਦਾ ਮਤਲਬ ਭਰਾ ਵਾਂਗੂ ਦੋਸਤ ਹੈ ਐਂਡ A ਟੂ Z ਮਤਲਬ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਪਹਿਲਾਂ ਮੈਂ ਇਦਾਂ ਦਾ ਕਦੇ ਕੰਮ ਕੀਤਾ ਤੇ ਕਾਮੇਡੀ ਤਾਂ ਹੈਗੀ ਹੀ ਆ ਬਟ ਜਿਹੜਾ ਮੈਨੂੰ ਮਜ਼ਾ ਆਇਆ ਕਰਕੇ ਕਿ ਇਹ ਸ਼ੇਡ ਨੇ ਡਿਫਰੈਂਟ ਡਿਫਰੈਂਟ ਕੈਰੈਕਟਰ ਦੇ ਜਿਹੜਾ ਮਤਲਬ ਉਹ ਫਿਲਮ ਦੇਖ ਕੇ ਪਤਾ ਲੱਗੇਗਾ ਤੋਂ ਜਾਂਦੇ ਜਾਂਦੇ ਇੱਕ ਵਾਰੀ ਸਾਡੇ ਆਡੀਅנס ਦੇ ਲਈ ਆਪਣੇ ਅਪਕਮਿੰਗ ਪ੍ਰੋਜੈਕਟਸ ਬਾਰੇ ਜ਼ਰੂਰ ਦੱਸ ਦਿਓ ਕਿ ਕੁਲਚਾ ਛੋਲੇ ਤੋਂ ਇਲਾਵਾ ਹੋਰ ਕਿਹੜੇ ਪ੍ਰੋਜੈਕਟਸ ਜਿਹੜੇ ਤੁਹਾਡੇ ਲਾਈਨਡ ਅਪ ਹੈਗੇ ਆ ਇੱਕ ਮੈਂ ਹਿੰਦੀ ਫਿਲਮ ਕੀਤੀ ਹੈ ਕਿ ਡਾਇਲਿੰਗ ਕੇ ਫੋਰ ਕਿਡਨੈਪਿੰਗ ਅਵਿਨਾਸ਼ ਵਧਾਵਨ ਆਰਫ ਜਕਰੀਆ ਪੰਕਜ ਕੋਚਰ ਤੇ ਉਹਦੇ ਵਿੱਚ ਵੀ ਮੈਂ ਟਰਬਨ ਚਗਾ ਸਰਦਾਰ ਹੈਗਾ ਤੇ ਕੁਦਰਤ ਜਿਵੇਂ ਲਾਕਡਾਊਨ ਤੋਂ ਬਾਅਦ ਪਰਮਾਤਮਾ ਨੇ ਸਿਰ ਤੇ ਬਣਾਤੀ ਨੇ ਦੋਨੇ ਪ੍ਰੋਜੈਕਟ ਪਗੜੀ ਨਾਲ ਹੋਏ ਤੇ ਉਸ ਤੋਂ ਬਾਅਦ ਮੈਂ ਤਿੰਨ ਚਾਰ ਫਿਲਮਾਂ ਹੋਰ ਪੰਜਾਬੀ ਸਾਈਨ ਕੀਤੀਆਂ ਇੱਕ ਦੋ ਹੋਰ ਗੱਲ ਚੱਲ ਰਹੀ ਆ ਤੇ ਹੁਣ ਟੀਵੀ ਕਰਨ ਦਾ ਟਾਈਮ ਹੀ ਨਹੀਂ ਮਿਲ ਰਿਹਾ ਉਹਨੂੰ ਬੰਬੇ ਤੋਂ ਫੋਨ ਆਉਂਦੇ ਆ ਟੀਵੀ ਬਟ ਹੁਣ ਮੇਰਾ ਮਨ ਵੀ ਨਹੀਂ ਕਰਦਾ ਮੈਂ ਇਸ ਕਰਕੇ ਕਰਦਾ ਹੀ ਮਜਬੂਰੀ ਚੱਲ ਕੋਈ ਹੋਰ ਕੰਮ ਹੈ ਨਹੀਂ ਹੁਣ ਮੈਂ ਬਿਜ਼ੀ ਆ ਫਿਲਮਾਂ 'ਚ ਤੇ ਇਸੇ ਕਰਕੇ ਉਹਨੇ ਟੀਵੀ ਮੈਂ ਕਿ ਆਪਣਾ ਹੀ ਸ਼ੋਅ ਲੈ ਕੇ ਆਵਾਂਗਾ ਹੁਣ ਅਸੀਂ ਤੁਹਾਡੇ ਜੋ ਵੱਡੇ ਸਟਾਰ ਬਣ ਗਏ ਆ 사이ਟ ਕੋਲ ਫਿਲਮਾਂ ਫਿਲਮਾਂ ਹੈਗੀਆਂ ਨੇ ਟੀਵੀ ਦਾ ਟਾਈਮ ਲੱਗ ਨਹੀਂ ਪਾ ਰਿਹਾ ਵੱਡਾ ਛੋਟਾ ਕੋਈ ਨਹੀਂ ਸਟਾਰ ਤਾਂ ਸਟਾਰ ਹੀ ਹੁੰਦਾ ਖੈਰ ਕਲਾਕਾਰ ਬੰਦੇ ਨੂੰ ਬਣਨਾ ਚਾਹੀਦਾ ਉਹ ਕੋਸ਼ਿਸ਼ ਕਰਨੀ ਚਾਹੀਦੀ ਸਟਾਰ ਤਾਂ ਲੋਕ ਬਣਾਉਂਦੇ ਆ ਆਪਣੇ ਆਪ ਨਹੀਂ ਆਪਾ ਕਹਿ ਸਕਦੇ ਤੇ ਮੈਂ ਤਾਂ ਜਸਟ ਆਪਣੇ ਨੂੰ ਹਮੇਸ਼ਾ ਸਟੂਡੈਂਟ ਮੰਨਦਾ ਮੈਨੂੰ ਜੇ ਪਰਮਾਤਮਾ ਮੇਰੇ ਸਾਹਮਣੇ ਆਵੇ ਵੀ ਤੂੰ ਕੀ ਬਣਨਾ ਚਾਹੁੰਦਾ ਮੈਂ ਉਹਨੂੰ ਕਹਾਂਗਾ ਮੈਨੂੰ ਦੁਨੀਆ ਦਾ ਸਭ ਤੋਂ ਮਹਾਨ ਚੇਲਾ ਬਣਾ ਦੇ ਸਿੱਖਣ ਵਾਲਾ ਤੇ ਉਹਦੇ ਵਿੱਚ ਹੀ ਸਾਰਾ ਕੁਝ ਹੈ ਤੇ ਬਾਕੀ ਫਿਲਮਜ਼ ਤਾਂ ਹਰ ਇੱਕ ਐਕਟਰ ਦਾ ਹਰ ਇੱਕ ਕਲਾਕਾਰ ਦਾ ਹਰ ਇੱਕ ਬੰਦੇ ਦਾ ਸੁਪਨਾ ਹੁੰਦਾ ਕਰਨਾ ਤੇ ਉਹ ਚਲੋ ਪਰਮਾਤਮਾ ਦੀ ਕਿਰਪਾ ਨਾਲ ਹੁਣ ਮਿਲ ਰਹੀਆਂ ਤੇ ਉਹ ਨਜ਼ਰ ਆਏਗਾ ਬਾਕੀ ਕਾਮੇਡੀ ਤਾਂ ਹੈਗੀ ਹੀ ਆ ਕਾਮੇਡੀ ਤਾਂ ਪੰਜਾਬੀ ਬੰਦਾ ਕਹਿੰਦਾ ਚੋਰ ਚੋਰੀ ਸੇ ਜਾਏ ਹਿਰਾ ਫੇਰੀ ਸੇ ਨਾ ਜਾਏ ਤੇ ਉਹ ਤਾਂ ਹੈਗਾ ਹੀ ਉਹ ਤਾਂ ਨਾਲ ਲੱਗਦੇ ਲੱਗਦੇ ਕਰਦੇ ਰਵਾਂਗੇ ਵਿੱਚ ਵਿੱਚ ਲਾਈਵ ਸ਼ੋਅ ਵੀ ਕਰੀਦੇ ਆਪਣੇ ਬਸ ਟੀਵੀ ਹੁਣ ਪੰਜਾਬ ਦੇ ਵਿੱਚ ਦੇਖਿਆ ਲੋੜ ਹੈ ਇਹ ਚ ਵੀ ਸ਼ੋਅਜ਼ ਵੀ ਬਣਾਵਾਂਗੇ थैंक यू सो मच जस्ट वंस अडे नाल ਗੱਲਬਾਤ ਕਰਨ ਦੇ ਲਈ ਆਈ ਹੋਪ ਕਿ ਤੁਹਾਨੂੰ ਵੀ ਮਜ਼ਾ ਆਇਆ ਹੋਵੇਗਾ ਗੱਲਬਾਤ ਕਰਕੇ थैंक यू सो मच ਫॉर योर टाइम थैंक यू थैंक यू सो मच اور ਤੁਹਾਡਾ ਵੀ ਕੈਮਰਾਮੈਨ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ थैंक यू